REDFM ਤੇ ਸਾਡੇ ਸਾਰੇ ਹੀ ਕਲਾਕਾਰ ਜਿਹੜੇ ਨੇ ਜੀ ਇਸ ਵੇਲੇ ਸਟੂਡੀਓ 'ਚ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਹਿਨਾਜ਼ ਜੀ ਤੋਂ ਅਸੀਂ ਸ਼ੁਰੂ ਕਰਾਂਗੇ ਤੇ ਪੁੱਠਾ ਗੇੜਾ ਦਿੰਦੇ ਹਾਂ ਸ਼ਹਿਨਾਜ਼ ਜੀ ਵੈਰੀ ਗੁੱਡ ਮਾਰਨਿੰਗ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੈਲਗਰੀ ਵਾਲਿਆਂ ਨੂੰ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਪਹਿਲਾਂ ਵੀ ਕੈਲਗਰੀ ਆਏ ਹੋ ਕਿ ਦੂਜਾ ਗੇੜਾ ਜਾਂ ਹੋ ਨਹੀਂ ਮੇਰਾ ਫਸਟ ਟਾਈਮ ਆ ਜੀ ਤੇ ਹਾਊ ਡੂ ਯੂ ਫੀਲ ਕੈਲਗਰੀ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਹੀ ਵਧੀਆ ਕੱਲ ਘੁੰਮਣ ਗਏ ਸੀ ਐਂਡ ਬਹੁਤ ਇੰਜੋਏ ਕੀਤਾ ਸੀ ਕਿੱਥੇ ਗਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸਰ ਥੈਂਕ ਯੂ ਵੈਲਕਮ ਜੀ ਸਾਡੇ ਨਾਲ ਲਿਖਾ ਪੈ ਗਿਆ ਪਾਲ ਜੀ ਜੀ ਆਇਆਂ ਨੂੰ ਵੈਲਕਮ ਸਰ ਬਹੁਤ ਬਹੁਤ ਧੰਨਵਾਦ ਭਾਅ ਜੀ ਥੈਂਕ ਯੂ ਵੈਰੀ ਮੱਚ ਅਤੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਬਹੁਤ ਮਿਹਰਬਾਨੀ ਅਦੀਪ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਪਹਿਲਾਂ ਆਏ ਹੋ ਕਿ ਨਹੀਂ ਕੈਲਗਰੀ 'ਚ ਮੇਰਾ ਫਸਟ ਟਾਈਮ ਹੈ ਪਹਿਲੀ ਵਾਰੀ ਹਾਂਜੀ ਜੀ ਅਤੇ ਮਤਲਬ ਦੋ ਸੱਜਣ ਪਹਿਲੀ ਵਾਰੀ ਆ ਰਹੇ ਨੇ ਦੋ ਦੋ ਪਹਿਲਾਂ ਤੁਹਾਡਾ ਤਾਂ ਸ਼ਹਿਰ ਹੀ ਆਪਣਾ ਹੈ ਸਾਡਾ ਸ਼ਹਿਰ ਆਪਣਾ ਹੋਮ ਟਾਊਨ ਹੋ ਗਿਆ ਬਣਾ ਲਿਆ ਇਹਨੂੰ ਕਿ ਨਹੀਂ ਬਣਾਇਆ ਹਜੇ ਬਣ ਗਿਆ ਜੀ ਅਤੇ ਹੁਣ ਕੱਲ੍ਹ ਦੇ ਪ੍ਰੋਗਰਾਮ ਦੀ ਗੱਲ ਮੈਂ ਹਰਪਾਲ ਜੀ ਤੁਹਾਡੇ ਤੋਂ ਸ਼ੁਰੂ ਕਰਾਂਗਾ ਕੱਲ੍ਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਕੱਲ੍ਹ ਹੋਣਾ ਪ੍ਰੋਗਰਾਮ ਸੋ ਹਾਂਜੀ ਤੁਸੀਂ ਤਿਆਰ ਹੋ ਸਾਰੇ ਬਿਲਕੁਲ ਤਿਆਰ ਹਾਂ ਜੀ ਪੂਰੇ ਮਿਸਤਰੀ ਲੈਤੀਆਂ ਖਾਲੀ ਸਟੀਮਰ ਲੈ ਕੇ ਰੱਖਿਆ ਕਮਰੇ 'ਚ ਜੀ 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 ਥੋੜ੍ਹੀ ਠੰਡ ਸੀਗੀ ਠੰਡ ਲੱਗ ਗਈ ਸੀਗੀ ਦੋ ਦੋ ਦਿਨ ਪਹਿਲਾਂ ਪਰ ਹੁਣ ਠੀਕ ਹਾਂ ਮੈਂ ਨਹੀਂ ਨਹੀਂ ਠੰਡ ਤਾਂ ਨਹੀਂ ਸੀ ਨਹੀਂ ਜਦੋਂ ਮੈਂ ਆਇਆ ਸੀ ਉਦੋਂ ਬਹੁਤ ਠੰਡ ਸੀਗੀ ਉਦੋਂ ਬਸ ਆਉਂਦੀ ਠੰਡ ਪੈ ਗਈ ਇੰਡੀਆ ਤੋਂ ਆ ਕੇ ਲੱਗਦੀ ਠੰਡ ਇੱਥੋਂ ਦੇ ਹਿਸਾਬ ਨਾਲ ਸਾਡੇ ਵਾਸਤੇ ਤੇ ਠੰਡ ਜਿਹੜੀ ਬਾਹਰ ਹਵਾ ਚੱਲਦੀ ਹੈ ਨਾ ਹਾਂਜੀ ਹਾਂ ਜਿਹੜੇ ਇੰਡੀਅਨ ਅਸੀਂ ਉਧਰੋਂ ਆਈ ਦਾ ਤਾਂ ਇੰਨੀ ਕਿਰਾਂ ਵੀ ਸਾਨੂੰ ਠੰਡ ਲੱਗੀ ਜਾਂਦੀ ਹੈ ਨਹੀਂ ਇਹ ਗੱਲ ਠੀਕ ਹੈ ਮੈਂ ਤੁਸੀਂ ਯੂਜ਼ ਟੂ ਹੋ ਗਏ ਨਾ ਤੁਸੀਂ ਮਾਈਨਸ 'ਚ ਰਹਿਣਾ ਗਿੱਜ ਗਏ ਮੈਂ ਉਹ ਦੱਸਦਾ ਗਰੇਵਾਲ ਜੀ ਬੜੀ ਇੰਟਰਸਟਿੰਗ ਗੱਲ ਮੈਂ 2013 'ਚ ਇੱਥੇ ਆਇਆ ਪਹਿਲਾਂ ਵੈਨਕੂਵਰ ਸੀ ਰੈਡਐਫਐਮ ਤੇ ਜੀ ਭਾਜੀ ਤੇ ਮੇਰੀ ਵਾਈਫ ਤੇ ਮੇਰਾ ਬੇਟਾ ਉਹ ਪਹਿਲਾਂ ਆ ਗਿਆ ਸੀ ਅਗਸਤ 'ਚ ਆ ਗਿਆ ਸੀ 12 'ਚ ਤੇ ਮੈਂ ਉਹਨਾਂ ਨੂੰ ਜਦੋਂ ਛੱਡਣ ਆਇਆ ਤੇ ਉਦੋਂ ਹਜੇ ਮੌਸਮ ਠੀਕ ਸੀ ਅਗਸਤ ਦਾ ਮਹੀਨਾ ਇਸ ਤਰ੍ਹਾਂ ਦਾ ਹੀ ਸੀ ਪਰ ਜਦੋਂ ਮੈਂ ਮਿਲਣ ਆਇਆ ਨਵੰਬਰ ਦਸੰਬਰ 'ਚ ਤੇ ਇੱਥੇ ਤਾਂ ਫੁੱਟਾਂ 'ਚ ਬਰਫ਼ ਪਈ ਹੋਈ ਤਾਂ ਦੱਸੇ ਨਾ ਸੜਕ ਤਾਂ ਨਜ਼ਰ ਹੀ ਨਹੀਂ ਸੀ ਆਉਂਦੀ ਤੇ ਬੜਾ ਮੁਸ਼ਕਿਲ ਜਿਹਾ ਲੱਗਿਆ ਤੇ ਮੈਂ ਵਾਪਸ ਜਾ ਕੇ ਮੈਂ ਪੁੱਛਿਆ ਆਪਣੀ ਵਾਈਫ ਨੂੰ ਫੋਨ ਕੀਤਾ ਮੈਂ ਕਿਵੇਂ ਹੁਣ ਤਾਂ ਕਹਿੰਦੀ ਸਰਦੀ ਘੱਟ ਆ ਮੈਂ ਕਿਹਾ ਅੱਛਾ ਹੁਣ ਟੈਂਪਰੇਚਰ ਕਿੰਨਾ ਚੱਲਦਾ -13 -13 ਤੇ ਸਰਦੀ ਘੱਟ ਆ ਤੇ ਉਹ ਜਿਹੜਾ -38 'ਚ ਰਹਿੰਦਾ ਹੋਵੇ ਤੇ -13 ਤਾਂ ਮਤਲਬ ਨਿਕਰ ਪਾ ਕੇ ਤੁਰਨ ਵਾਲੀ ਗੱਲ ਉਹੀ ਤਾਂ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ ਹੁਣ ਇੰਡੀਆ 'ਚ ਗਰਮੀ ਵੀ ਇੰਨੀ ਜ਼ਿਆਦਾ ਹੋਈ ਹੋਈ ਆ ਝੂਠ ਹੈ ਵੀ ਜਦੋਂ ਪਹਿਲੀ ਵਾਰੀ ਇੰਡੀਆ ਤੋਂ ਬੰਦਾ ਆਉਂਦਾ ਤੇ ਜਿਹੜੀ ਪਹਿਲੀ ਸਰਦੀ ਹੈ ਨਾ ਉਹ ਬਰਫ਼ਲ ਦੇਖ ਦੇਖ ਕੇ ਰੋ ਰੋ ਕੇ ਕੱਟਦਾ ਹੁੰਦਾ ਕਹਿੰਦੇ ਹੁੰਦਾ ਏਦਾਂ ਹੀ ਆ ਜੀ ਕਿਉਂਕਿ ਬੇਸਮੈਂਟ 'ਚ ਜਾਣਾ ਹੁੰਦਾ ਉਹਨੇ ਇੱਕ ਤਾਂ ਵੈਸੇ ਹੀ ਉਹ ਲਾਈਫ ਇਹਨੇ ਬੇਸਮੈਂਟ ਆਪਣੇ ਆਪ 'ਚ ਹੀ ਕੋਨਸੈਪਟ ਹੀ ਬੜਾ ਅਜੀਬ ਜਿਹਾ ਤੁਸੀਂ ਪਹਿਲਾਂ ਹੀ ਘਰ ਤੋਂ ਥੱਲੇ ਹੋ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਹੋ ਫਿਰ ਬਾਹਰ ਨਜ਼ਰ ਕੁਛ ਨਹੀਂ ਆਉਂਦਾ ਕੁਛ ਵੀ ਨਹੀਂ ਹੁੰਦਾ ਕੋਈ ਜਾਨਵਰ ਨਹੀਂ ਕੋਈ ਪੰਛੀ ਨਹੀਂ ਬਰਫ਼ ਹੀ ਬਰਫ਼ ਪਈ ਆ ਔਰ ਬੜੀ ਸ਼ਾਂਤ ਹੁੰਦੀਆਂ ਸੜਕਾਂ ਵੀ ਘੱਟ ਚੱਲਦੀਆਂ ਨੇ ਮਾਹੌਲ ਹੀ ਵੱਖਰਾ ਹੋ ਜਾਂਦਾ ਅਸੀਂ ਤਾਂ ਜਦ ਤੱਕ ਦਸਾਂ ਘਰਿਆਂ ਤੱਕ ਸਾਡੀ ਆਵਾਜ਼ ਨਾ ਜਾਵੇ ਸਾਡਾ ਗੁਜ਼ਾਰਾ ਨਹੀਂ ਚੱਲਦਾ ਸ਼ਹਿਨਾਜ਼ ਜੀ ਤੁਹਾਨੂੰ ਕੈਲਗਰੀ ਕਿਵੇਂ ਲੱਗੀ ਗਰਮੀ ਲੱਗੀ ਕਿ ਸਰਦੀ ਲੱਗੀ ਕਿ ਠੀਕ ਲੱਗਿਆ ਮੌਸਮ ਦਾ ਪਤਾ ਹੀ ਨਹੀਂ ਚੱਲ ਰਿਹਾ ਇੱਥੇ ਕਦੀ ਸਰਦੀ ਹੋ ਜਾਂਦੀ ਆ ਕਦੀ ਗਰਮੀ ਹੋ ਜਾਂਦੀ ਆ ਬਟ ਜਿੱਦਾਂ ਵੀ ਆ ਨਾ ਤੁਸੀਂ ਦੱਸੋ ਗਾਇਕੀ ਚ ਕਿਵੇਂ ਆਉਣਾ ਹੋਇਆ ਕਿਉਂ ਡਿਸਾਈਡ ਕੀਤਾ ਕਿ ਫੀਲਡ ਤੁਹਾਡੇ ਲਈ ਠੀਕ ਹੈ ਮੈਂ ਕਦੀ ਵੀ ਸੋਚਿਆ ਨਹੀਂ ਸੀ ਕਿ ਮੈਂ ਮੈਨੂੰ ਇਹ ਹੁੰਦਾ ਕਿ ਮੈਂ ਜੇ ਆਰਟਿਸਟ ਬਣ ਹੀ ਗਈ ਹਾਂ ਸੋ ਸਾਰੀਆਂ ਚੀਜ਼ਾਂ ਟਰਾਈ ਕਰਨੀਆਂ ਚਾਹੀਦੀਆਂ ਜੋ ਆਰਟਿਸਟ ਕਰਦਾ ਲਾਈਕ ਸਿੰਗਰ ਮਾਡਲ ਐਕਟ੍ਰੈਸ ਹਰ ਤਰ੍ਹਾਂ ਦੀ ਚੀਜ਼ ਰਾਈਟ ਸੋ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਪੰਪ ਹੀ ਦਿੰਦੇ ਸੀ ਵੈਸੇ ਤਾਂ ਵੀ ਤੂੰ ਬਹੁਤ ਸੋਹਣਾ ਗਾਉਂਦੀ ਹੋ ਸੋਨਾ ਤੂੰ ਟਰਾਈ ਕਾਹਤੋਂ ਨਹੀਂ ਕਰ ਰਹੀ ਕਰਦੇ ਬਾਬੇ ਕੋਈ ਚੱਕਰ ਨਹੀਂ ਮੈਂ ਅੱਛਾ ਉਹ ਫਰੈਂਡਸ ਬਟ ਪੰਪ ਤਾਂ ਦਿੰਦੇ ਸੀਗੇ ਬਟ ਹੁਣ ਵਧੀਆ ਦੇਖੋ ਤੁਸੀਂ ਸ਼ੋਅ ਕਿੰਨਾ ਲਾ ਰਹੀ ਹੋ ਤੁਸੀਂ ਸਕੂਲ ਤੋਂ ਸ਼ੁਰੂ ਕੀਤਾ ਕਾਲਜ ਤੋਂ ਸ਼ੁਰੂ ਕੀਤਾ ਕਿਵੇਂ ਕਿਵੇਂ ਸ਼ੁਰੂਆਤ ਹੋਈ ਮੈਂ ਨਾ ਸ਼ੁਰੂ ਤੋਂ ਮਿਸ ਪੂਜਾ ਜੀ ਨੂੰ ਸੁਣਦੀ ਹੁੰਦੀ ਸੀ ਤੇ ਮੈਂ ਉਹਨਾਂ ਨੂੰ ਲਾਈਕ ਜਿਹੜੇ ਨਖਰੇ ਸੀ ਨਾ ਉਹ ਨਖਰੇ ਕਰਦੇ ਹੁੰਦੇ ਸੀ ਉੱਥੋਂ ਮੈਨੂੰ ਐਕਟਿੰਗ ਆ ਗਈ ਐਂਡ ਜਿੱਦਾਂ ਉਹ ਗਾਉਂਦੇ ਸੀਗੇ ਉੱਥੋਂ ਮੈਨੂੰ ਗਾਉਣਾ ਸ਼ੁਰੂ ਮਤਲਬ ਮੈਨੂੰ ਆਦਤ ਪੈ ਗਈ ਮੈਂ ਸਿਰਫ ਦੋ ਜਾਣਿਆਂ ਨੂੰ ਦੇਖਿਆ ਕੈਟਰੀਨਾ ਕੈਫ
ਇੱਕ ਮਿਸ ਪੂਜਾ। ਤੇ ਤੁਸੀਂ ਹੁਣ ਜਿਹੜੇ ਗੀਤ ਗਾਉਂਦੇ ਹੋ, ਇਹਨਾਂ ਜਿਹੜੇ ਸਾਥੀ ਸਾਡੇ ਬੈਠੇ ਨੇ, ਇਹਨਾਂ ਦੇ ਨਾਲ ਹੀ ਗਾਇਆ ਕਿ ਹੋਰ ਕਿਸੇ ਦੇ ਨਾਲ ਵੀ ਗਾਇਆ? ਨਹੀਂ, ਮੈਂ ਹਲੇ ਐਜ਼ ਅ ਮਾਡਲ, ਬਟ ਮੇਰੀ ਹਲੇ ਸ਼ੁਰੂਆਤ ਆ। ਸ਼ੁਰੂਆਤ ਹੈ। ਪੂਜਾ ਨੇ ਹਰ ਗਾਇਕ ਨਾਲ ਗਾਇਆ ਸਵਾਏ ਇੱਕ ਨੂੰ, ਗੁਰਦਾਸ ਮਾਨ ਨੂੰ ਛੱਡ ਕੇ। ਵਧੀਆ ਗੱਲ ਆ ਨਾ, ਉਹਨਾਂ 'ਚ ਟੈਲੈਂਟ, ਫਿਰ ਉਹਨਾਂ ਕਰਕੇ ਹੀ ਤਾਂ ਸਾਰੇ ਚੱਲਦੇ ਸੀਗੇ। ਤੇ ਤੁਹਾਡਾ ਵੀ ਕੋਈ ਪਲਾਨ ਹੈ ਵੀ ਕਿਸੇ ਦੇ ਨਾਲ ਖਾਸ ਤੌਰ ਤੇ ਗਾਉਣਾ ਤੇ ਕਿਸੇ ਦੇ ਨਾਲ ਨਹੀਂ ਗਾਉਣਾ? ਨਹੀਂ, ਐਦਾਂ ਕੁਛ ਨਹੀਂ ਆ ਮੇਰਾ, ਐਦਾਂ ਨਹੀਂ ਆ ਕਿ ਕਿਹਦੇ ਨਾਲ ਗਾਉਣਾ ਕਿਹਦੇ ਨਾਲ, ਜਿਹੜਾ ਮੇਰੀ ਰੂਹ ਨੂੰ ਚੰਗਾ ਲੱਗੂਗਾ ਮੈਂ ਉਹਨਾਂ ਗਾਉਂਗੀ। ਮੈਂ ਬਹੁਤ ਮੋਟੀ ਆ, ਮੈਂ ਬਿਜ਼ਨਸ। ਤੇ ਤੁਹਾਡੇ ਪਰਿਵਾਰ 'ਚੋਂ ਕੋਈ ਵਿਰੋਧ ਹੋਇਆ ਹੋਵੇ ਵੀ? ਕੁੜੀਆਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਹੁੰਦਾ, ਲਾਈਕ ਪਹਿਲਾਂ ਤਾਂ ਬਹੁਤ ਪਾਪਾ ਨੇ ਕਹਿਣਾ ਅਸੀਂ ਨਹੀਂ ਆਹ ਲਾਈਨ 'ਚ, ਤੂੰ ਬੀ ਕੌਮ ਕਰ, ਸਾਨੂੰ ਨਹੀਂ ਪਤਾ, ਤੂੰ ਬੈਂਕ 'ਚ ਲੱਗ, ਬੈਂਕ 'ਚ ਲੱਗ। ਅਤੇ ਮੈਂ ਤਾਂ ਇਹ ਕੰਮ ਕਰ ਹੀ ਨਹੀਂ ਸਕਦੀ, ਸੋ ਮੈਂ ਪਾਪਾ ਨੂੰ ਕਿਹਾ ਵੀ ਮੈਂ ਤਾਂ ਮਰ ਜੂੰ। ਪਾਪਾ ਕਹਿੰਦੇ ਫਿਰ ਇੱਕ ਸ਼ਰਤ ਤੇ, ਮੈਂ ਕਿਹਾ ਕੀ? ਕਹਿੰਦੇ ਸਾਡੇ ਤੋਂ ਨਹੀਂ ਮੰਗੂਗੀ ਕੁਛ ਵੀ, ਆਪਣੇ ਦਮ ਤੇ ਕਰੂੰਗੀ ਜੋ ਕਰੂੰਗੀ, ਇੱਕ ਰੁਪਈਆ ਨਹੀਂ ਮਿਲਣਾ ਤੈਨੂੰ, ਰੋਟੀ ਖਾਣ ਨੂੰ ਨਹੀਂ ਮਿਲਣੀ। ਮੈਂ ਕਿਹਾ ਡਨ, ਮੈਂ ਉਦੋਂ ਦੀ ਇੱਕ ਰੁਪਈਆ ਨਹੀਂ ਮੰਗਿਆ ਬਲਕਿ ਦਿੱਤਾ ਹੀ ਆ। ਤੇ ਸੱਜਣ ਜੀ, ਤੁਸੀਂ ਦੱਸੋ ਗਾਇਕੀ 'ਚ ਕਿਵੇਂ ਸ਼ੁਰੂਆਤ ਹੋਈ, ਕਿਵੇਂ ਆਏ, ਕਿਉਂ ਆਏ? ਮੇਰਾ ਤਾਂ ਥੋੜ੍ਹਾ ਜਿਹਾ ਸੋਭਰ ਦਾ ਸਫ਼ਰ ਆਈ, ਮੇਰਾ ਸੰਗੀਤਕ ਸਫ਼ਰ, ਮੇਰੀ ਐਜੂਕੇਸ਼ਨ ਜਿਹੜੀ ਮਿਊਜ਼ਿਕ 'ਚ ਰਹੀ ਹੈ, ਐੱਮ ਏ ਐੱਮ ਫਿਲ ਗ੍ਰੈਜੂਏਸ਼ਨ। ਹਾਂਜੀ ਜੀ ਜੀ। ਤੇ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਸੀਗਾ, ਤੇ ਉੱਥੇ ਪੜ੍ਹਦੇ ਹੋਏ। ਕਿਹੜੀ ਯੂਨੀਵਰਸਿਟੀ? ਪੰਜਾਬੀ ਯੂਨੀਵਰਸਿਟੀ ਪਟਿਆਲਾ। ਓਕੇ ਜੀ ਜੀ। ਉੱਥੇ ਮੈਂ ਪੜ੍ਹਦਾ ਰਿਹਾ ਜੀ, ਤੇ ਉਸ ਤੋਂ ਬਾਅਦ ਅਸੀਂ ਗਾਣਾ ਪਾਇਆ ਸੀ ਨੈੱਟ ਤੇ, ਇਸ਼ਕਾਂ ਦੇ ਲੇਖੇ ਲੱਗ ਗਏ, ਉਹ ਵਾਇਰਲ ਹੋ ਗਿਆ, ਫਿਰ ਬਾਅਦ 'ਚ ਯੂਨੀਵਰਸਿਟੀ। ਉਹ ਗਾਣਾ ਬੜਾ ਪਾਪੂਲਰ ਹੋਇਆ ਤੁਹਾਡਾ ਜੀ ਜੀ ਜੀ। ਤੇ ਜਦੋਂ ਹੁਣ ਚੰਗੀ ਗਾਇਕੀ ਦੀ ਅਸੀਂ ਗੱਲ ਕਰਦੇ ਹਾਂ, ਚੰਗੇ ਗੀਤ ਲਿਖਣ ਵਾਲਿਆਂ ਦੀ, ਬੜਾ ਹੁਣ ਵਿਰੋਧ ਹੋਣ ਲੱਗ ਪਿਆ ਕਿ ਥੋੜ੍ਹਾ ਜਿਹਾ ਵੀ ਗੀਤ ਜਿਹੜਾ ਹੈ ਜਦੋਂ ਉਹ ਆਪਣੀ ਹੱਦ ਟੱਪਦਾ ਤਾਂ ਲੋਕ ਉਹਦੇ ਖਿਲਾਫ਼ ਖੜ੍ਹਦੇ ਨੇ, ਕਦੇ ਇਸ ਤਰ੍ਹਾਂ ਦਾ ਚੈਲੇਂਜ ਤੁਹਾਨੂੰ ਵੀ ਆਇਆ? ਬਈ ਕਿਉਂਕਿ ਤੁਹਾਡੇ ਕਿਸੇ ਗੀਤ 'ਤੇ ਰੌਲਾ ਪੈ ਗਿਆ ਹੋਵੇ ਜੀ, ਆਹ ਨਹੀਂ ਗੀਤ ਸੁਣਨਾ ਜੀ ਅਸੀਂ ਤੁਹਾਡੇ? ਨਹੀਂ ਨਹੀਂ, ਮੇਰੇ ਨਾਲ ਫਿਲਹਾਲ ਦੀ ਨਹੀਂ, ਫਿਲਹਾਲ ਇਹ ਹੋਣੀ ਨਹੀਂ ਚਾਹੀਦੀ ਵੈਸੇ, ਨਹੀਂ ਹੋਇਆ ਕਦੇ ਗਾਹ ਮੈਨੂੰ, ਕਿਉਂਕਿ ਤੁਹਾਡੇ ਵਿਚਾਰ, ਤੁਹਾਡੀ ਥਿੰਕਿੰਗ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਹੈ ਨਾ, ਤੁਸੀਂ ਨਵਾਂ ਅਬਜ਼ਰਵ ਕਰਦੇ ਹੋ, ਅਤੇ ਗਾਹ ਫਿਲਹਾਲ ਦਾ ਮੈਂ ਕਹਿ ਨਹੀਂ ਸਕਦਾ, ਬਟ ਅੱਜ ਦੀ ਹੁਣ ਤੱਕ ਦਾ ਮੇਰੇ ਕਦੇ ਵੀ ਵਿਰੋਧ ਨਹੀਂ ਹੋਇਆ ਕਿਸੇ ਵੀ ਗਾਣੇ ਦਾ, ਕਿਉਂਕਿ ਮੈਂ ਲਿਟਰੇਚਰ 'ਚੋਂ ਸ਼ਬਦ ਚੱਕ ਕੇ ਬੜੇ ਗਾਏ ਨੇ। ਜ਼ਰੂਰੀ ਵੀ ਇਹੀ ਆ ਜੀ, ਅਤੇ ਫਿਊਚਰ ਦਾ ਤੁਹਾਡਾ ਜਿਹੜਾ ਪਲਾਨ ਹੈਗਾ ਉਹ ਵੀ ਇਸੇ ਤਰ੍ਹਾਂ ਹੀ ਆ ਕਿ ਸਾਫ਼ ਸੁਥਰੇ ਗੀਤ ਹੋਣਗੇ? ਕਦੇ ਕਈ ਵਾਰੀ ਲਾਲਚ ਵੀ ਆ ਜਾਂਦਾ ਕਿ ਵਧੀਆ ਵੀਡੀਓ ਬਣਾ ਦਿਆਂਗੇ, ਵਧੀਆ ਪੈਸੇ ਦੇ ਦਿਆਂਗੇ, ਆਹ ਗਾਓ ਜ਼ਰਾ ਚੱਕਮਾ ਜਿਹਾ ਹਥਿਆਰ ਚੁੱਕੋ ਜ਼ਰਾ। ਨਹੀਂ, ਉਹ ਲਾਲਚ ਤਾਂ ਆਪਾਂ, ਚਲੋ ਪੈਸੇ ਦਾ ਤਾਂ ਕੋਈ ਲਾਲਚ ਨਹੀਂ ਹੁੰਦਾ, ਵੈਸੇ ਬੰਦੇ ਨੂੰ ਕਿਤੇ ਕਿਤੇ ਜਿਹੜਾ ਤੁਹਾਡੇ ਵਿਚਾਰ ਆਉਂਦੇ ਆ ਨਾ ਤੁਹਾਡੇ ਮਨ 'ਚ, ਕਿਉਂਕਿ ਚੰਗੇ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ, ਤੁਸੀਂ ਹਮੇਸ਼ਾ ਕੋਈ, ਮੈਂ ਤਾਂ ਇੱਦਾਂ ਦਾ ਕਹਿੰਦਾ ਨਹੀਂ ਕਿਉਂਕਿ ਮੈਂ ਸੰਤ ਮਹਾਤਮਾ, ਕੋਈ ਹਮੇਸ਼ਾ ਚੰਗੇ ਵਿਚਾਰ ਹੀ ਆਉਂਦੇ ਸਾਡੇ, ਕਿਉਂਕਿ ਕਲਾਕਾਰੀ ਲਾਈਨ ਆ ਜੀ ਜੀ, ਤਾਂ ਕਦੇ ਉਹ ਥੋਟ ਪ੍ਰੋਸੈਸ ਆ ਤੁਹਾਡਾ, ਕਦੇ ਉਹ ਥੋਟ 'ਚ ਗਾਣਾ ਬਣ ਜਾਂਦਾ, ਕਦੇ ਚੰਗੇ ਥੋਟ 'ਚ ਗਾਣਾ ਬਣ ਜਾਂਦਾ, ਕਦੇ ਮਾੜੇ ਥੋਟ 'ਚ ਗਾਣਾ ਬਣ ਜਾਂਦਾ, ਇਹ ਚੀਜ਼। ਹਰਪਾਲ ਜੀ, ਅੱਜ ਦੀ ਮਿਊਜ਼ਿਕ ਇੰਡਸਟਰੀ ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਮੈਂ ਬਹੁਤ ਜ਼ਿਆਦਾ, ਮੈਨੂੰ ਪਤਾ ਉੱਧਰੋਂ ਮੈਨੂੰ ਇਸ਼ਾਰੇ ਆ ਰਹੇ ਜੀ ਕੱਲ੍ਹ ਦੇ ਪ੍ਰੋਗਰਾਮ ਦੀ ਵੀ ਗੱਲ ਕਰੋ, ਮੈਂ ਜ਼ਰੂਰ ਕਰੂੰਗਾ, ਪਰ ਮੇਰੇ ਥੋੜ੍ਹੇ ਜਿਹੇ ਕੰਸਰਨ ਹੈ, ਮੈਂ, ਤੁਸੀਂ ਕਲਾਕਾਰ ਹੋ, ਬੜੇ ਨਾਮੀ ਕਲਾਕਾਰ ਹੋ, ਮੈਂ ਇਸ ਕਰਕੇ ਥੋੜ੍ਹਾ ਜਾਣਨਾ ਚਾਹੁੰਦਾ ਵੀ ਤੁਹਾਨੂੰ ਵੀ ਕੋਈ ਚੈਲੰਜ ਹੈ ਅੱਜ ਦੀ ਗਾਇਕੀ ਨੂੰ ਕੋਈ ਚੈਲੰਜ ਹੈ? ਬਿਲਕੁਲ, ਜਦੋਂ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਐਵਰੀ ਡੇ, ਸਾਡਾ ਜਿਹੜਾ ਫੀਲਡ ਹੈ, ਸਾਡੇ ਫੀਲਡ ਦੇ ਵਿੱਚ 5 ਸਾਲ ਬਾਅਦ ਜਿਹੜੀ ਆਡੀਅੰਸ ਆ ਉਹ ਚੇਂਜ ਹੋ ਜਾਂਦੀ ਹੈ ਜੀ, ਬਿਲਕੁਲ, ਅਤੇ ਔਰ ਉਹ ਜਿਹੜੀ 5 ਸਾਲ ਦੇ ਬਾਅਦ ਆਡੀਅੰਸ ਆਉਂਦੀ ਹੈ, ਤੁਹਾਨੂੰ ਫਿਰ ਉਹਨੂੰ ਟਾਰਗੇਟ ਕਰਨਾ ਹੁੰਦਾ, ਔਰ ਉਹਦਾ ਕੀ ਹੈਗਾ, ਉਹ ਕੀ ਸੁਣ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ, ਜਾਂ ਕੀ ਨਹੀਂ ਪਸੰਦ ਕਰ ਰਹੀ, ਉਹਦਾ ਸਾਨੂੰ ਥੋੜ੍ਹਾ ਧਿਆਨ ਦੇਣਾ ਪੈਂਦਾ। ਜਿਵੇਂ ਤੁਸੀਂ ਕਿਹਾ ਵੀ ਜਿਵੇਂ ਅੱਜ ਕੱਲ੍ਹ ਥੋੜ੍ਹੇ ਤੱਤੇ ਗਾਣੇ ਚੱਲਦੇ ਨੇ ਜੀ, ਮੈਂ ਇੱਕ ਗੱਲ ਹੋਰ ਮੈਨਸ਼ਨ ਕਰਨੀ ਚਾਹਾਂਗਾ ਕਿ ਮੈਨੂੰ ਲੱਗਦਾ ਕਿ ਜਿਹੜੇ ਆਰਟਿਸਟ ਨੇ ਉਹਨਾਂ 'ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ, ਉਹਨਾਂ ਨੂੰ ਸਗੋਂ ਸਪੋਰਟ ਅਤੇ ਐਪਰੀਸ਼ੀਏਟ ਕਰਨਾ ਚਾਹੀਦਾ, ਕਿਉਂਕਿ ਉਹ ਸਹੀ ਸ਼ੀਸ਼ਾ ਜਿਹੜਾ ਸਮਾਜ ਦਾ ਉਹ ਦਿਖਾ ਰਹੇ ਨੇ ਕਿ ਜੇ ਉਹ ਕੋਈ ਗਾਣਾ ਕਰ ਰਹੇ ਨੇ, ਐਂ ਨਹੀਂ ਹੈਗਾ ਕਿ ਜੇ ਸਾਲ ਦੇ ਵਿੱਚ 15 ਗਾਣੇ ਜਾਂ 20 ਗਾਣੇ ਜਾਂ 50 ਗਾਣੇ ਰਿਲੀਜ਼ ਹੁੰਦੇ ਤਾਂ ਉਹਨਾਂ 'ਚੋਂ ਚੰਗੇ ਗਾਣੇ ਰਿਲੀਜ਼ ਨਹੀਂ ਹੁੰਦੇ, ਚੰਗੇ ਗਾਣੇ ਵੀ ਰਿਲੀਜ਼ ਹੁੰਦੇ ਆ, ਔਰ 50% ਰਿਲੀਜ਼ ਹੁੰਦੇ ਨੇ, ਪਰ ਉਹ 50% ਦੇ ਉੱਤੇ ਕਦੀ ਧਿਆਨ ਨਹੀਂ ਜਾਂਦਾ। ਪਰ ਜਿਹਨਾਂ ਗਾਣਿਆਂ 'ਤੇ ਕਿੰਤੂ ਪਰੰਤੂ ਕੁਛ ਸੂਝਵਾਨ ਲੋਕਾਂ ਵੱਲੋਂ ਹੁੰਦਾ, ਉਹ ਗਾਣੇ ਹਮੇਸ਼ਾ ਹੀ ਥੋੜ੍ਹੇ ਸਮਾਜਿਕ ਨਹੀਂ ਮੰਨੇ ਜਾ ਸਕਦੇ, ਹੈ ਨਾ,
ਪਰ ਮੈਨੂੰ ਲੱਗਦਾ ਕਿ ਉਹ ਸਮਾਜ ਦਾ ਸਹੀ ਸ਼ੀਸ਼ਾ ਜਿਹੜਾ ਉਹ ਦਿਖਾਉਣ 'ਚ ਹੈਲਪ ਕਰਦੇ ਆ, ਉਹਨੂੰ ਪੋਜ਼ਿਟਿਵ ਨਹੀਂ ਲਿਆ ਜਾ ਰਿਹਾ, ਉਹਨੂੰ ਨੈਗੇਟਿਵ ਹੀ ਹਮੇਸ਼ਾ ਲਿਆ ਜਾਂਦਾ। ਬਿਲਕੁਲ ਠੀਕ ਹੈ। ਸੋ ਇਹ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਔਰ ਬਹੁਤ ਬਹੁਤ ਬਰੀਕੀ ਦੇ ਨਾਲ ਧਿਆਨ ਦੇਣਾ ਚਾਹੀਦਾ ਕਿ ਸਾਡਾ ਬੱਚਾ ਸੁਣ ਕੀ ਰਿਹਾ ਐਕਚੁਅਲੀ, ਔਰ ਸਾਡਾ ਸਮਾਜ ਜਾ ਕਿੱਦਾਂ ਨੂੰ ਰਿਹਾ। ਗਾਣੇ ਹਮੇਸ਼ਾ ਸਮਾਜ 'ਚੋਂ ਬਣੇ ਨੇ, ਗਾਣੇ ਦੇ ਨਾਲ ਸਮਾਜ ਨਹੀਂ ਕਦੀ ਬਣਦਾ ਹੁੰਦਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਸਾਡਾ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਔਰ ਸਾਡੇ ਲਈ ਆਲਵੇਜ਼ ਚੈਲੇਂਜ ਹੈ। ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਡੀਅੰਸ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਹੈ, ਫਿਰ ਅਸੀਂ ਓਬਜ਼ਰਵ ਕਰਨਾ ਹੁੰਦਾ ਕਿ ਬਈ ਜਿਵੇਂ ਹੁਣ ਮੈਨੂੰ ਤਾਂ 19-20 ਸਾਲ ਮੈਨੂੰ ਹੋ ਗਏ, ਰਵਿੰਦਰ ਹੁਣਾਂ ਨੂੰ ਥੋੜ੍ਹੇ ਪਹਿਲਾਂ ਦੇ ਲੱਗੇ ਹੋਏ ਨੇ। ਸੋ ਅਸੀਂ ਹੁਣ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਸੋਬਰ ਵੀ ਗੱਲ ਕਰ ਲਈਏ, ਔਰ ਆਡੀਅੰਸ ਨੂੰ ਚੰਗੀ ਵੀ ਲੱਗੇ, ਐਂਟਰਟੇਨਿੰਗ ਵੀ ਹੋਵੇ। ਸੋ ਉਹ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਸਾਨੂੰ। ਜੀ ਜੀ। ਰਵਿੰਦਰ ਜੀ, ਤੁਹਾਡਾ ਇੱਕ ਗਾਣਾ ਬਹੁਤ ਵਧੀਆ ਆਇਆ, ਰੰਗ ਤੁਹਾਡਾ ਸੀ ਗਾਣਾ, ਸੱਜਣ ਰੰਗ ਮੇਰਾ ਸੀ, ਰੰਗ ਦਾ। ਅੱਛਾ, ਮੈਂ ਉਹ ਰੰਗ ਦੀ ਵੀ ਗੱਲ ਕਰਦਾ। ਦੇਖੋ, ਲੋਕਾਂ ਦੀ ਤੁਸੀਂ ਸੋਚ ਨੂੰ ਕਹਿ ਲਓ, ਜਾਂ ਉਸ ਦਿਨ ਤੋਂ ਬਾਅਦ ਮੈਂ ਸੋਚਿਆ ਕਿ ਨਹੀਂ ਯਾਰ, ਜਦੋਂ ਇਹਨਾਂ ਲੋਕਾਂ ਨੇ ਸੁਣਨਾ ਹੀ ਕੂੜ ਹੈ, ਫਿਰ ਕਿਉਂ ਅਸੀਂ ਚੰਗੀ ਚੀਜ਼ ਗਾਈਏ। ਮੈਂ ਉਸੇ ਉਹ ਗੱਲ ਕਰਨੀ ਸੀ, ਉਹਦੇ ਸੰਦਰਭ ਦੇ ਵਿੱਚ ਹੀ ਗੱਲ ਕਰਨੀ ਸੀ। ਹਾਂ, ਉਹ ਕਿੰਨੇ ਵਧੀਆ ਸ਼ਬਦ ਸੀ, ਬਾਹਰ ਰੰਗੀਆਂ ਤੇ ਰੰਗ, ਕਈਆਂ ਨੂੰ ਦਿੱਤੀਆਂ ਦੋ ਦੋ ਗੱਡੀਆਂ, ਕੋਈ ਸਾਈਕਲ ਤੋਂ ਵੀ ਤੰਗ, ਇੱਕ ਇੱਕ ਸਮਾਜਿਕ ਗੱਲ ਸੀ। ਪਰ ਸਾਰੀ ਪੱਕੀ ਪਕਾਈ ਵਧੀਆ ਦਾਲ ਦੇ ਵਿੱਚੋਂ ਕੋਕੜੂ ਲੱਭ ਲਿਆ ਕਿਸੇ ਨੇ? ਕੋਕੜੂ ਹੈ ਹੀ ਨਹੀਂ ਸੀਗਾ ਜੀ, ਕੋਕੜੂ ਲੱਭ ਲੈਂਦੇ ਨੇ, ਕੋਕੜੂ ਹੈ ਨਹੀਂ, ਕੋਕੜੂ ਪਾ ਲੈਂਦੇ ਐਕਚੁਅਲੀ, ਸਿੱਟ ਲੈਂਦੇ ਆ, ਆਪੇ ਸਿੱਟ ਲੈਂਦੇ ਆ, ਫਿਰ ਉੱਥੋਂ ਜੀ ਕੋਕੜੂ ਜੋ ਕੜਛੀ ਲੈਂਦੇ ਆ ਤੇ ਉਹ ਆਪਣੇ ਕੋਲੇ ਚ ਪਾ ਲੈਂਦੇ ਆ, ਫਿਰ ਉਹਦੇ ਹਿਸਾਬ ਨਾਲ ਆਪਣਾ ਬਣਾ ਲੈਂਦੇ। ਬੇਸਿਕਲੀ ਅੱਜ ਕੱਲ ਜਿਹੜਾ ਇੰਟਰਨੈਟ ਦਾ ਯੁੱਗ ਚੱਲ ਰਿਹਾ ਨਾ ਜੀ, ਇਹ ਸਾਡੀ ਕਮਿਊਨਿਟੀ ਨੂੰ ਪਤਾ ਨਹੀਂ ਕੀ ਹੋ ਗਿਆ, ਬਈ ਉਹ ਕੁਛ ਕੁ ਲਾਈਕਸ ਲੈਣ ਵਾਸਤੇ, ਕੁਛ ਕੁ ਮਤਲਬ ਆਪਣੇ ਆਪ ਨੂੰ ਕਹਿ ਲਓ ਪ੍ਰਮੋਟ ਕਰਨ ਵਾਸਤੇ ਕਿਸੇ ਦੀ ਵੀ ਰੈਪੂਟੇਸ਼ਨ ਜਾਂ ਕਿਸੇ ਨੂੰ ਵੀ ਲੈਟ ਡਾਊਨ ਕਰ ਸਕਦੇ ਆ ਆਪਣੇ ਲੋਕ। ਮੈਂ ਉਹ ਗਾਣੇ ਨੂੰ ਜੇ ਸਮਝਿਆ ਜਾਵੇ, ਮੈਂ ਅਕਸਰ ਹੀ ਉਹ ਗਾਣਾ ਮੈਂ ਕਈ ਵਾਰੀ ਉਹ ਗਾਣਾ ਚਲਾਇਆ ਇੱਥੇ ਆਪਣੇ ਪ੍ਰੋਗਰਾਮ 'ਚ, ਮੇਰਾ ਹਾਲਾਂਕਿ ਮੇਰਾ ਗੀਤਾਂ ਦਾ ਪ੍ਰੋਗਰਾਮ ਨਹੀਂ ਹੈ, ਪਰ ਮੇਰੇ ਕੋਲ ਜਦੋਂ ਵੀ ਕੁਝ ਲੱਗਦਾ ਕਿ ਹੁਣ 4 ਮਿੰਟ ਘੱਟ ਗਏ, 5 ਮਿੰਟ ਘੱਟ ਗਏ ਆ, ਮੈਂ ਨਹੀਂ ਕੋਈ ਖਬਰ ਸਾਂਝੀ ਕਰ ਸਕਦਾ, ਤਾਂ ਮੈਂ ਉਹ ਗਾਣਾ ਚਲਾਉਂਦਾ, ਔਰ ਮੇਰੇ ਕੋਲ ਲਿਸਟ ਹੁੰਦੀ ਹੈ ਗਾਣੇ ਦੀ। ਦੂਜੀ ਗੱਲ ਜਿਹੜੀ ਆ ਕਿ ਮੈਂ ਤੁਹਾਡੇ ਨਾਲ ਕਰਾਂਗਾ ਇਹਦੇ ਉੱਤੇ ਫਿਰ ਆਪਾਂ ਹੋਵਾਂਗੇ, ਮੈਂ ਉਹਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਸੀ ਨੋਨ ਡਿਊਲਿਜ਼ਮ ਦੀ, ਕਿ ਤੂੰ ਤੇ ਮੈਂ, ਪਰਮਾਤਮਾ ਤੇ ਮੈਂ, ਮਨੁੱਖ ਵੱਖਰਾ ਨਹੀਂ ਹੈਗਾ। ਬਿਲਕੁਲ। ਤੇ ਜਦੋਂ ਤੁਸੀਂ ਕਹਿੰਦੇ ਕਿ ਮੈਨੂੰ ਪਰਮਾਤਮਾ ਅਵਲ ਅੱਲਾ ਨੂਰ ਪਾਇਆ ਦੀ ਅਸੀਂ ਲਾਈਨ ਐਵੇਂ ਰਟੀ ਜਾਂਦੇ ਹਾਂ, ਤੋਤਾ ਰਟਾਨ ਤੇ ਸਾਡੇ ਕੋਲ, ਉਹਦਾ ਮੀਨਿੰਗ ਤਾਂ ਅਸੀਂ ਕਦੇ ਦੇਖਿਆ ਨਹੀਂ, ਤੇ ਜਦੋਂ ਨੂਰ ਹੀ ਸਾਡੇ ਚ ਰੱਬ ਦਾ ਤੇ ਅਸੀਂ ਰੱਬ ਦਾ ਹਿੱਸਾ ਹਾਂ। ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਕਿ ਮੈਂ ਨਾ ਕੁਛ ਲਾਈਨਾਂ ਲਿਖ ਕੇ ਲੈ ਗਿਆ ਸੀ, ਵੀ ਮੰਦਰ ਮਸੀਤੀ ਕੁਛ ਨਹੀਂ ਰੱਖਿਆ ਜੋ ਕੁਛ ਹੈ ਤੇਰੇ ਅੰਦਰ ਹੈ ਜੀ, ਹੈ ਮੰਦਰ ਮਸੀਤੀ ਕੁਛ ਨਹੀਂ ਰੱਖਿਆ ਜੋ ਕੁਛ ਹੈ ਤੇਰੇ ਅੰਦਰ ਹੈ, ਕਾਬੇ ਜਾ ਕੀ ਲੱਭਦਾ, ਤੇਰੇ ਅੰਦਰ ਹੀ ਇੱਕ ਮੰਦਰ ਹੈ, ਹੈ ਨਾ। ਸੋ ਇਹ ਲਾਈਨਾਂ ਮੈਂ ਕੱਲ ਉੱਥੇ ਸੁਣਾਊਂਗਾ ਪੂਰੀਆਂ ਲਾਈਨਾਂ, ਤੇ ਹੁਣ ਮੈਂ ਇੱਥੇ ਸੁਣਾਉਣੀਆਂ ਨਹੀਂ ਕਿਉਂਕਿ ਫਿਰ ਸੱਜਣਾ ਨੇ ਸੁਣ ਲਈਆਂ ਫਿਰ। ਸੋ ਇਸ ਕਰਕੇ ਮਤਲਬ ਕੁਛ ਚੀਜ਼ਾਂ ਦਿਮਾਗ 'ਚ ਇੱਦਾਂ ਦੀਆਂ ਆਉਂਦੀਆਂ ਨੇ ਜਿਹੜੀਆਂ ਮੇਰਾ ਆਪਣਾ ਇੱਕ ਕਿਰਦਾਰ ਸਾਹਮਣੇ ਲੈ ਕੇ ਆਉਂਦੀਆਂ, ਜਿਹੜੀਆਂ ਮੇਰੇ ਦਿਮਾਗ 'ਚ ਆਉਂਦੀਆਂ ਕਿ ਮੈਂ ਜਿੱਦਾਂ ਦਾ ਹੈਗਾ ਮੈਂ ਉੱਦਾਂ ਦਾ ਲਿਖਣਾ ਚਾਹੁੰਦਾ, ਪਰ ਕਈ ਵਾਰੀ ਉਹ ਨਾ ਕਲਮ ਨੂੰ ਰੋਕ ਦਿੰਦੇ ਨੇ ਲੋਕ। ਸੋ ਅਸੀਂ ਕਮਰਸ਼ੀਅਲ ਲੋਕ ਵੀ ਹੈਗੇ ਹਾਂ, ਪਰਿਵਾਰ ਵੀ ਹੈਗੇ ਨੇ ਪਿੱਛੇ, ਉਹਨਾਂ ਨੂੰ ਪਾਲਣਾ ਵੀ ਆ। ਸੋ ਜਦੋਂ ਉਹ ਫਿਰ ਇੱਕ ਗੁੱਸਾ ਵੀ ਆ ਜਾਂਦਾ ਮਨ ਦੇ ਵਿੱਚ, ਉਹ ਵਾਹ ਰੰਗੀ ਆ ਮੈਂ ਕਦੀ ਦੁਬਾਰਾ ਸਟੇਜ 'ਤੇ ਨਹੀਂ ਗਾਇਆ, ਕਿਉਂਕਿ ਮੈਨੂੰ ਕੀ ਲੋੜ ਹੈ ਕਿ ਜੇ ਮੈਂ ਸਮਾਜਿਕ ਅੱਗੋਂ ਗੱਲ ਕਰਾਂ ਤਾਂ ਉਹਦੇ 'ਤੇ ਕਿੰਤੂ ਪਰੰਤੂ ਵੀ ਹੋਵੇ, ਉਲਟਾ ਲੋਕ ਬੁਰਾ ਚੰਗਾ ਵੀ ਕਹਿਣ, ਤੇ ਕੀ ਲੋੜ ਆ ਫਿਰ ਆਪਣਾ, ਤੁਸੀਂ ਲਾਈਟ ਮਿਊਜ਼ਿਕ ਕਰੀ ਜਾਓ, ਉਹਦੇ ਨਾਲ ਬੜੀ ਵਧੀਆ ਰੋਟੀ ਚੱਲੀ ਜਾਂਦੀ ਹੈ ਜੀ ਆਪਣੀ। ਗਰੇਵਾਲ ਜੀ, ਤੁਸੀਂ ਬੜੇ ਪੁਰਾਣੇ ਇਹਨਾਂ ਤੋਂ ਸਾਰਿਆਂ ਤੋਂ ਸੀਨੀਅਰ ਹੋ, ਅਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੀ ਗਾਇਕੀ, ਤੁਸੀਂ ਵੱਖ ਵੱਖ ਰੂਪ ਵੀ ਦੇਖੇ, ਤੁਹਾਡਾ ਇੱਕ ਤੁਹਾਡਾ ਗੀਤ ਸੀਗਾ ਟੇਡੀ ਪੱਗ ਵਾਲਿਆ, ਟੇਡੀ ਪੱਗ ਵਾਲਿਆ ਜੀ, ਇਸ਼ਾਰਾ ਕਿਸ ਚੀਜ਼ ਵੱਲ ਹੁੰਦਾ ਜਦੋਂ ਤੁਸੀਂ ਗਾਉਂਦੇ ਹੋ? ਕੋਈ ਜ਼ਰੂਰ ਤੁਹਾਡੇ ਮਨ ਦੇ ਵਿੱਚ ਹੇਠਾਂ ਇੱਕ ਅੰਡਰਕਰੰਟ ਚੱਲਦੀ ਹੈ, ਉਹ ਕੀ ਚੀਜ਼ ਹੁੰਦੀ ਹੈ? ਮੇਰਾ ਤਾਂ ਹਮੇਸ਼ਾ ਹੀ ਰਿਹਾ ਜੀ ਸ਼ੁਰੂ ਤੋਂ ਕਿ ਮੈਂ ਗਾਇਕੀ ਜਾਂ ਮੇਰਾ ਮੈਟਰ ਉੱਦਾਂ ਦਾ ਹੋਵੇ ਜਿਹੜੇ ਅਸੀਂ ਮਤਲਬ ਜੋ ਗੱਲਾਂ ਆਲੇ ਦੁਆਲੇ ਦੇਖਦੇ ਹਾਂ ਅਸੀਂ, ਉਹਨਾਂ ਨੂੰ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆਪਣੇ ਗੀਤਾਂ ਦੇ ਵਿੱਚ ਗਾਉਣ ਦੀ। ਸਬਜੈਕਟ ਮੈਟਰ ਤੁਹਾਡਾ ਸੋਸ਼ਲੀ ਹੁੰਦਾ? ਸੋਸ਼ਲੀ, ਮਤਲਬ ਉਹ ਚਾਹੇ ਰੋਮਾਂਟਿਕ ਵੀ ਹੋ ਸਕਦਾ, ਚਾਹੇ ਟੇਢੀ ਪੱਗ ਆ ਜਾਂ ਐਵੇਂ ਰੌਲਾ ਪੈ ਗਿਆ, ਜਾਂ ਮਤਲਬ ਗੱਲਾਂ ਉਹ ਨੇ ਜਿਹੜੀਆਂ ਅਸੀਂ ਆਮ ਰੂਟੀਨ 'ਚ ਸੁਣਦੇ ਹਾਂ, ਚਾਹੇ ਆਮੀ ਬਾਬਾ ਨਾਨਕਾ ਸੀ, ਉਹ ਪਹਿਲਾਂ ਆਮ ਬੋਲੀ ਪਾਉਂਦੇ ਹੁੰਦੇ ਸੀ ਹੈ ਜੀ, ਵੀ ਆਮੀ ਬਾਬਾ ਨਾਨਕਾ, ਉੱਥੋਂ ਉਹ ਗਾਣਾ ਬਣਿਆ, ਪਰ ਉਹ ਕਿੰਨਾ ਲੋਕਾਂ ਨੇ ਸੁਣਿਆ, ਅਸੀਂ ਉਹ ਆਪਣੇ ਤਰੀਕੇ ਨਾਲ ਨਵੀਂ ਕੰਪੋਜ਼ ਦੇ ਵਿੱਚ ਗਾਇਆ। ਸੋ ਅੱਜ ਤੱਕ ਵੀ ਮੇਰੀ ਉਹੀ ਕੋਸ਼ਿਸ਼ ਰਹਿੰਦੀ ਆ ਕਿ ਆਮ ਗੱਲਾਂ ਦੇ ਵਿੱਚੋਂ ਗਾਣਾ ਹੋਵੇ, ਔਰ ਮੈਨੂੰ ਲੱਗਦਾ ਉਹੀ ਗੀਤ ਲੋਕਾਂ ਦੇ ਨੇੜੇ ਰਹਿੰਦਾ ਜਿਹੜਾ ਉਹਨਾਂ ਨੂੰ ਆਪਣਾ ਆਪਣਾ ਲੱਗਦਾ।
ਤੇ ਜਿਹੜੀ ਜਿਹੜੇ ਸਵਾਲ ਇਹਨਾਂ ਦੋਨਾਂ ਗਾਇਕ ਕਲਾਕਾਰਾਂ ਨੂੰ ਮੈਂ ਪੁੱਛੇ ਨੇ ਉਹੀ ਸਵਾਲ ਤੁਹਾਨੂੰ ਵੀ ਚੈਲੰਜ ਕੀ ਹੈਗਾ ਮੈਨੂੰ ਲੱਗਦਾ ਜੀ ਹੁਣ ਚੈਲੰਜ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਜੇ ਮੈਂ ਆਪਣੇ ਲਈ ਸਮਝਦਾ ਕਿ ਇੱਕ ਤਾਂ ਸਾਡੀ ਉਹ ਸਾਨੂੰ ਸੁਣਨ ਵਾਲੇ ਨੇ ਜਿਹੜੇ ਦੇਰ ਤੋਂ ਨਾਲ ਜੁੜੇ ਹੋਏ ਆ ਹੈ ਨਾ ਉਹਨਾਂ ਨੂੰ ਅਸੀਂ ਨਿਰਾਸ਼ ਨਹੀਂ ਕਰ ਸਕਦੇ ਔਰ ਅੱਜ ਦੀ ਡੇਟ ਜਿਹੜਾ ਮਾਹੌਲ ਹੈਗਾ ਗਾਇਕੀ ਦਾ ਉਹ ਥੋੜ੍ਹਾ ਚੇਂਜ ਹੋ ਚੁੱਕਿਆ ਔਰ ਉਹ ਬੈਲੈਂਸ ਰੱਖਣਾ ਸਾਡੇ ਲਈ ਬਹੁਤ ਜ਼ਿਆਦਾ ਵੱਡਾ ਚੈਲੰਜ ਆ ਕਿ ਉਹੋ ਜਿਹਾ ਗੀਤ ਸਿਲੈਕਟ ਕਰੀਏ ਜਿਹਦੇ ਨਾਲ ਸਾਡੇ ਪੁਰਾਣੇ ਜਿਹੜੇ ਸਰੋਤੇ ਆ ਉਹ ਵੀ ਨਾਰਾਜ਼ ਨਾ ਹੋਣ ਪਰ ਨਵੇਂ ਵਾਲਿਆਂ ਨੂੰ ਇਹ ਵੀ ਨਾ ਲੱਗੇ ਕਿ ਇਹ ਹੁਣ ਆਊਟਡੇਟਡ ਹੋ ਗਏ ਅਤੇ ਇਹ ਮਤਲਬ ਅੱਜ ਕੱਲ੍ਹ ਇਹੋ ਜਿਹੇ ਗਾਣੇ ਨਹੀਂ ਚੱਲਦੇ ਹੈਗੇ ਸੋ ਮੈਂ ਤਾਂ ਹਮੇਸ਼ਾ ਇਹੀ ਧਿਆਨ ਰੱਖਦਾ ਹੁੰਦਾ ਕਿ ਗਾਣਾ ਉਹੀ ਸਿਲੈਕਟ ਹੋਵੇ ਕਿ ਪੁਰਾਣੇ ਹਰਟ ਨਾ ਹੋਣ ਔਰ ਨਵੀਂ ਜਿਹੜੀ ਜਨਰੇਸ਼ਨ ਆ ਉਹ ਵੀ ਇਹਨੂੰ ਸੁਣ ਸਕਦੀ ਹੋਵੇ ਉਨਾ ਕੁ ਅਸੀਂ ਮਾਡਰਨ ਵੀ ਗਾਈਏ ਦੋਨੋਂ ਚੀਜ਼ਾਂ ਦਾ ਬੈਲੈਂਸ ਰੱਖੀਏ ਜੀ ਅਤੇ ਸ਼ਹਿਨਾਜ਼ ਕੱਲ੍ਹ ਤੁਸੀਂ ਹੁਣ ਸਟੇਜ ਪਰਫੋਰਮ ਕਰਨਾ ਹੈਗਾ ਅਤੇ ਤੁਸੀਂ ਪਹਿਲਾਂ ਇੰਡੀਆ 'ਚ ਪਰਫੋਰਮੈਂਸ ਦਿੱਤੀਆਂ ਨੇ ਕਦੀ ਨਹੀਂ ਸੋ ਇਜ਼ ਇਟ ਇਹਨੇ ਸ਼ੁਰੂ ਕੈਨੇਡਾ ਤੋਂ ਕੀਤਾ ਜੀ ਸੋ ਤੁਹਾਡੀ ਪਹਿਲੀ ਪਰਫੋਰਮੈਂਸ ਜੀ ਸੋ ਕੀ ਹੈਗਾ ਤੁਹਾਡੀ ਹੈਗੀ ਆ ਰਿਐਕਸ਼ਨ ਕੀ ਹੈਗਾ ਤੁਹਾਡਾ ਰਿਐਕਸ਼ਨ ਮੇਰਾ ਮੈਨੂੰ ਆਪਣੇ ਆਪ 'ਤੇ ਪ੍ਰਾਊਡ ਫੀਲ ਹੋ ਰਿਹਾ ਨਹੀਂ ਮੈਂ ਨਾ ਜਦੋਂ ਪਹਿਲੀ ਵਾਰ ਪ੍ਰੋਗਰਾਮ ਕੀਤਾ ਰੇਡੀਓ 'ਤੇ ਇਟ ਵਾਜ਼ 2010 2010 ਦਾ ਪ੍ਰੋਗਰਾਮ ਸੀ ਅੱਧੇ ਘੰਟੇ ਦਾ ਪ੍ਰੋਗਰਾਮ ਸੀ ਮੈਂ 19 ਗਲਾਸ ਪਾਣੀ ਦੇ ਪੀਤੇ ਸੀ ਉਸ ਅੱਧੇ ਘੰਟੇ ਦੇ ਗਲਾਸ ਵਿੱਚ ਅਤੇ ਮੈਨੂੰ 3 ਜਣੇ ਮੇਰੇ ਨਾਲ ਆ ਬੋਰਡ ਓਪਰੇਟ ਕਰਨ ਨੂੰ ਖੜੇ ਸੀ ਕਿਉਂਕਿ ਮੈਨੂੰ ਆਉਂਦਾ ਨਹੀਂ ਸੀ ਸੋ ਕਿੰਨੇ ਪਾਣੀ ਪੀਣਾ ਕਰਨ ਨਹੀਂ ਮੇਰਾ ਇੱਦਾਂ ਕੁਛ ਨਹੀਂ ਆ ਦੇਖੋ ਲਾਈਕ ਮੈਨੂੰ ਇਹ ਹੁੰਦਾ ਕਿ ਠੀਕ ਆ ਜਦੋਂ ਕੁਛ ਕਰਨਾ ਹੀ ਆ ਫਿਰ ਡਰਨਾ ਕਾਹਤੋਂ ਆ ਇੱਜ਼ਤ ਬੇਇੱਜ਼ਤੀ ਕੁਛ ਨਹੀਂ ਹੁੰਦਾ ਆਰਟਿਸਟ ਨੂੰ ਡਿੱਗ ਡਿੱਗ ਕੇ ਹੀ ਸਿੱਖਦਾ ਬੰਦਾ ਠੀਕ ਆ ਜੇ ਇੱਕ ਵਾਰੀ ਬੇਇੱਜ਼ਤੀ ਹੋ ਗਈ ਦੂਜੀ ਵਾਰ ਹੋਊਗੀ ਮਤਲਬ ਜਿਹੜਾ ਇੱਕ ਵਾਰੀ ਥੱਲੇ ਡਿੱਗ ਗਿਆ ਬੇਇੱਜ਼ਤੀ ਕਰਕੇ ਵੀ ਹਾਏ ਨਹੀਂ ਮੈਂ ਹੁਣ ਨਹੀਂ ਉਹ ਤਾਂ ਬੇਵਕੂਫੀ ਆਪਣੀ ਹੈ ਨਾ ਤੁਸੀਂ ਜਿੰਨਾ ਤੁਹਾਨੂੰ ਡੀਮੋਟੀਵੇਟ ਕਰਦੇ ਆ ਲੋਕ ਤੁਸੀਂ ਓਨਾ ਹੀ ਉੱਪਰ ਵਧੋ ਸੋ ਇਹ ਮੇਰਾ ਹਮੇਸ਼ਾ ਮੇਰੇ ਲਾਈਕ ਜਿੱਦਾਂ ਹੇਟਰਸ ਵੀ ਹੁੰਦੇ ਆ ਜਿੱਦਾਂ ਹੈ ਨਾ ਬਹੁਤ ਕੁਛ ਬੋਲਦੇ ਆ ਸੋ ਮੈਂ ਹਮੇਸ਼ਾ ਮੋਟੀਵੇਟ ਹੁੰਦੀ ਹਾਂ ਉਹਨਾਂ ਦੀਆਂ ਗੱਲਾਂ ਤੋਂ ਕਿ ਕਿੰਨਾ ਟਾਈਮ ਆ ਨਾ ਲੋਕਾਂ ਤੋਂ ਕਿ ਲਾਈਕ ਰੇਸ ਕਰ ਰਹੇ ਨੇ ਹੇਟ ਕਰਨ ਦਾ ਟਾਈਮ ਇੰਨੇ ਇੰਨੇ ਲਾਈਕ ਵੱਡੇ ਮੈਸੇਜ ਕਰਦੇ ਹੋ ਸੋ ਮੇਰੇ ਲਈ ਬਹੁਤ ਵੱਡੀ ਗੱਲ ਆ ਮੈਂ ਸਟਾਰ ਹਾਂ ਆਪਣੇ ਆਪ 'ਚ ਤੇ ਤੁਸੀਂ ਸ਼ਹਿਨਾਜ਼ ਜੀ ਸਾਨੂੰ ਕੋਈ ਦੋ ਲਾਈਨਾਂ ਸਾਨੂੰ ਸੁਣਾ ਦਿਓ ਜਿਹੜੀਆਂ ਤੁਸੀਂ ਕੱਲ ਗਾਉਣੀਆਂ ਉਹਨਾਂ ਗਾਉਣੀਆਂ ਉਹਨਾਂ ਚੋਂ ਅੱਛਾ ਆਪਾਂ ਇਕੱਠੇ ਗਾਉਂਦੇ ਆ ਇੱਕ ਗਾਣਾ ਤੁਹਾਡੇ ਵਾਲਾ ਆਪਾਂ ਗਾ ਲੈਂਦੇ ਅੱਛਾ ਗਾਣਾ ਹੈ ਨਾ ਆਪਣਾ ਨਹੀਂ ਲਾਈਕ ਮੈਂ ਕਿਹਾ ਚਲੋ ਬੈਠੇ ਆ ਤਾਂ ਫਿਰ ਇੱਕ ਗਾਣਾ ਹੈ ਨਾ ਆਪਣੇ ਤਾਂ ਬੰਦਾ ਗਾਉਂਦਾ ਹੀ ਰਹਿੰਦਾ ਜੀ ਜੀ ਸੁਰ ਹਿਸਾਬ ਨਾਲ ਰੱਖੀ ਹੁਣ ਤਾਂ ਜਿਆਦਾ ਨਾ ਤਾਂ ਵੇ ਮੈਂ ਕੁੜੀ ਬੜੇ ਉੱਚੇ ਖਾਣ ਦਾਣ ਦੀ ਨਾ ਮਿੱਤਰਾਂ ਦਾ ਦੁਨੀਆਂ ਏ ਜਾਣਦੀ ਵੇ ਮੈਂ ਕੁੜੀ ਬੜੇ ਉੱਚੇ ਖਾਣ ਦਾਣ ਦੀ ਹੋ ਨਾ ਮਿੱਤਰਾਂ ਦਾ ਦੁਨੀਆਂ ਏ ਜਾਣਦੀ ਵੇ ਮੈਂ ਮੱਖਣ ਵੇ ਮੈਂ ਮੱਖਣ ਅੱਛਾ ਵੇ ਮੈਂ ਮੱਖਣ ਮਲਾਈਆਂ ਵਰਗੀ ਹੋ ਦੁੱਧ ਵਾਂਗੂੰ ਜੱਟ ਕੜਦਾ ਅੱਛਾ ਐਡੀ ਗੱਲ ਬਾਤ ਆ ਹੋਰ ਵੇ ਮੈਂ ਲਵਲੀ ਜੀ ਵੇ ਮੈਂ ਲਵਲੀ ਜੀ ਲਵਲੀ ਚ ਪੜਦੀ ਹੋ ਪੀ ਉੱਚ ਜੱਟ ਪੜਦਾ ਵੇ ਮੈਂ ਲਵਲੀ ਜੀ ਲਵਲੀ ਚ ਪੜਦੀ ਜੇ ਪੀ ਉੱਚ ਜੱਟ ਪੜਦਾ ਥੈਂਕ ਯੂ ਵੈਰੀ ਮੱਚ ਤੇ ਸ਼ਹਿਰੀ ਸੰਦੀਪ ਸੂਦ ਆਰਬਿਟ ਹੋਮ ਤੋਂ ਉਹ ਵੀ ਸਾਡੇ ਕੋਲ ਨੇ ਜੀ ਤੇ ਪਵਨਦੀਪ ਪਵਨਜੀਤ ਰੰਧਾਵਾ ਜੀ ਵੀ ਸਾਡੇ ਨਾਲ ਸ਼ਾਮਿਲ ਨੇ ਰੰਧਾਵਾ ਜੀ ਇੱਕ ਮਿੰਟ ਮਾਈਕ ਤੁਸੀਂ ਕਰੋ ਤੇ ਕੱਲ੍ਹ ਲਈ ਸਾਡੇ ਸੁਣਨ ਵਾਲਿਆਂ ਨੂੰ ਸੁਨੇਹਾ ਦਿਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕੈਲਗਰੀ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਰਿਸ਼ੀ ਨਗਰ ਜੀ ਤਾਂ ਸਾਡਾ ਸ਼ੋਅ ਕੱਲ੍ਹ ਨੂੰ ਹੋਣ ਜਾ ਰਿਹਾ ਜੀ ਜੈਨਸਿਸ ਸੈਂਟਰ ਵਿੱਚ ਸ਼ਾਮ ਨੂੰ 6:30 ਡੋਰਸ ਓਪਨ ਹੋ ਜਾਣਗੇ ਜੀ ਅਤੇ 7 ਤੋਂ ਸਾਡਾ ਸ਼ੋਅ ਇੱਕ ਭੰਗੜੇ ਦੀ ਛੋਟੀ ਜਿਹੀ ਐਕਟੀਵਿਟੀ ਦੇ ਨਾਲ ਸ਼ੁਰੂ ਹੋਊਗਾ 8 ਦੀ ਉਹ ਪਰਫਾਰਮੈਂਸ ਹੋਊਗੀ ਭੰਗੜੇ ਦੀ ਜਿਹਦੇ 'ਚ ਕੁੜੀਆਂ ਮੁੰਡੇ ਇਕੱਠੇ ਰਲ ਕੇ ਪਰਫਾਰਮ ਕਰਨਗੇ ਉਹ ਤੋਂ ਬਾਅਦ ਫਿਰ ਗਾਇਕੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਰਾਈਟਵੇ ਨਾਲ ਅਤੇ ਪੂਰਾ ਪਰਿਵਾਰਕ ਪ੍ਰੋਗਰਾਮ ਹੋਏਗਾ ਪੂਰਾ ਫੈਮਿਲੀ ਸ਼ੋਅ ਹੈ ਜੀ ਪੂਰੀਆਂ ਫੈਮਿਲੀਜ਼ ਮੇਰੇ ਵੱਲੋਂ ਰਿਕੁਐਸਟ ਹੈ ਕਿ ਸਾਰੀਆਂ ਫੈਮਿਲੀਜ਼ ਦੇ ਨਾਲ ਆਓ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਬੀਬੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਨਾਲ ਆਓ ਬਜ਼ੁਰਗਾਂ ਲਈ ਹਾਂਜੀ ਅਸੀਂ ਸਾਡੀਆਂ ਟਿਕਟਸ ਫ੍ਰੀ ਨੇ ਫ੍ਰੀ ਪਾਸਿਸ ਹੋਣਗੇ ਓਵਰ ਦਾ ਕਾਊਂਟਰ ਹੋਣਗੇ ਜੀ ਸਾਡੀ ਰਿਕੁਐਸਟ ਹੈ ਕਿ ਤੁਸੀਂ ਆਪਣੀ ਆਈਡੀ ਲੈ ਕੇ ਆਓ ਤੁਹਾਡਾ ਮੋਸਟ ਵੈਲਕਮ ਹੈ ਜੀ ਔਰ ਪ੍ਰੋਮਿਸ ਕਰਦੇ ਹਾਂ ਅਸੀਂ ਸਾਡੇ ਵੱਲੋਂ ਕਮਿਟਮੈਂਟ ਆ ਕਿ ਇਹ ਇੱਕ ਪਰਿਵਾਰਿਕ ਸ਼ੋਅ ਹੋਊਗਾ ਜੀ ਤੇ ਸਿਕਿਉਰਿਟੀ ਦਾ ਪ੍ਰੋਪਰ ਅਰੇਂਜਮੈਂਟ ਕੀਤਾ ਹੋਇਆ ਪੁਲਿਸ ਆਫਿਸਰਸ 4 ਪੁਲਿਸ ਆਫਿਸਰਸ ਦਾ ਪਲਾਨ ਕੀਤਾ ਹੋਇਆ ਬਾਕੀ ਸਿਕਿਉਰਿਟੀ ਸਾਡੇ ਕੋਲ 25-28 ਸਿਕਿਉਰਿਟੀ ਪਰਸਨਸ ਹੋਣਗੇ ਤਾਂ ਬਹੁਤ ਹੀ ਕੰਫਰਟੇਬਲ ਮਾਹੌਲ ਹੋਊਗਾ ਫੈਮਿਲੀਜ਼ ਕੰਫਰਟੇਬਲ ਫੀਲ ਕਰਨਗੀਆਂ ਦੈਟ ਵੀ ਪ੍ਰੋਮਿਸ ਤੇ ਦੂਸਰਾ ਮੈਂ ਕਹਿਣਾ ਚਾਹਾਂਗਾ ਕਿ ਬੱਚੇ 8 ਤੋਂ ਬੱਚੇ ਫ੍ਰੀ ਨੇ ਸ਼ੋਅ ਵਿੱਚ ਉਹ ਨਾਲ ਤੁਸੀਂ ਲੈ ਕੇ ਆ ਸਕਦੇ ਨੇ ਉਹ ਬਿਨਾਂ ਪਾਸ ਤੋਂ ਐਂਟਰੀ ਹੈ ਜੀ 8 ਸਾਲ ਤੱਕ ਯਾ
ਤਾਂ ਟਿਕਟਸ ਦਾ ਜਿਹੜਾ ਅਸੀਂ ਆਫਰ ਦੇ ਰਹੇ ਹਾਂ, ਤਿੰਨ ਟਿਕਟਸ ਦੇ ਨਾਲ ਦੋ ਟਿਕਟਸ ਫ੍ਰੀ ਦੇ ਰਹੇ ਹਾਂ ਅਸੀਂ ਜੀ, ਅਤੇ ਦੂਸਰੀਆਂ ਸਟੂਡੈਂਟਸ ਨੂੰ ਹਾਫ ਪ੍ਰਾਈਜ਼ ਦੇ ਰਹੇ ਹਾਂ ਜੀ। ਠੀਕ ਹੈ ਜੀ, ਯਾ ਅਤੇ ਸਟੂਡੈਂਟਸ ਲਈ ਇਹ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਸੀਗਾ ਕਿ ਸਟੂਡੈਂਟਸ ਆਉਂਦੇ ਆ ਇੱਥੇ, ਸਟਰਗਲ ਕਰਦੇ ਆ, ਉਹਨਾਂ ਨੇ ਪੜ੍ਹਨਾ ਵੀ ਹੁੰਦਾ, ਆਪਣੀਆਂ ਫੀਸਾਂ ਵੀ ਦੇਣੀਆਂ ਹੁੰਦੀਆਂ ਨਾਲ ਉਹਨਾਂ ਨੇ, ਅਤੇ ਉਹਨਾਂ ਲਈ ਐਂਟਰਟੇਨਮੈਂਟ ਲਈ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿ ਉਹਨਾਂ ਲਈ ਹਾਫ ਪ੍ਰਾਈਜ਼ ਕੀਤਾ ਅਸੀਂ ਜੀ, ਅਤੇ ਸਾਰੇ ਸਟੂਡੈਂਟਸ ਦਾ ਮੋਸਟ ਵੈਲਕਮ ਆ ਜੀ ਜੀ, ਸਾਰੇ ਆਉਣ। ਥੈਂਕ ਯੂ ਵੈਰੀ ਮੱਚ, ਅਤੇ ਜਾਂਦਿਆਂ ਜਾਂਦਿਆਂ ਅਸੀਂ ਤੁਹਾਡੇ ਕੋਲੋਂ ਵੀ ਦੋ ਦੋ ਲਾਈਨਾਂ ਸੁਣੀਆਂ ਨੇ ਸਰ ਜੀ, ਅਤੇ ਸਾਨੂੰ ਦੋ ਦੋ ਲਾਈਨਾਂ ਤੁਸੀਂ ਵੀ ਸੁਣਾ ਦਿਓ ਫਿਰ। ਹਾਂਜੀ ਜੀ, ਮੈਂ ਸਭ ਤੋਂ ਪਹਿਲਾਂ ਬਹੁਤ ਮਕਬੂਲ ਹੋਇਆ ਗਾਣਾ ਜੀ, ਤੁਸੀਂ ਕਹਿ ਰਹੇ ਸੀ ਉਹ ਮੈਂ ਉਹਦਾ ਸ਼ੌਕੀਨ ਆ, ਉਹ ਤੁਹਾਨੂੰ ਸੁਣਾਉਣਾ ਜੀ। ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ, ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆ ਹੁੰਜੀ ਜੀ, ਜੋਬਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ, ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ, ਸਹੇਲੀ ਤੋਂ ਐਸੇ ਤਿਲਕੇ ਮੁੜ ਕੇ ਨਾ ਖੜ ਹੋਇਆ, ਸੱਜਣਾ ਦੇ ਨਾਮ ਬਿਨਾਂ ਕੁਝ ਸਾਥੋਂ ਨਾ ਪੜ ਹੋਇਆ, ਸਾਥੋਂ ਨਾ ਪੜ ਹੋਇਆ। ਵਾਹ ਜੀ ਵਾਹ, ਬਹੁਤ ਮਿਹਰਬਾਨੀ ਜੀ ਸਰ। ਮੈਂ ਗਾਣਾ ਸੁਣਾਉਣ ਤੋਂ ਪਹਿਲਾਂ ਕੁਛ ਸੱਜਣਾਂ ਦੇ ਨਾਮ ਲੈਣਾ ਚਾਹਾਂਗਾ ਜੀ, ਜਿਹੜੇ ਸਾਡੇ ਸਪੋਰਟਰ ਨੇ, ਇਸ ਸ਼ੋਅ ਨੂੰ ਸਪੋਰਟ ਕਰ ਰਹੇ ਨੇ। ਔਰਬਿਟ ਤੋਂ ਨੇ ਸੰਦੀਪ ਸੂਦ ਜੀ, ਸ਼ੈਰੀ ਭਾਅ ਜੀ, ਅਤੇ ਹਰਪ੍ਰੀਤ ਮਾਂਗੜ ਸਾਹਿਬ, ਪਾਲੀ ਵਿਰਕ ਸਾਡੇ ਬੜੇ ਰਿਸਪੈਕਟਡ ਸਾਡੇ ਵੀਰ, ਵੱਡੇ ਵੀਰ, ਔਰ ਛੋਟਾ ਵੀਰ ਇੰਦਰਜੀਤ ਬਾਜਵਾ, ਅਨਮੋਲ ਰੀਮੈਕਸ, ਸੋ ਨਨੂ ਜੀ, ਮੋਨੂ ਸਾਹਿਬ, ਸਾਰੀ ਜਿੰਨੀ ਵੀ ਟੀਮ ਇਸ ਪੂਰੇ ਉਪਰਾਲੇ ਦੇ ਪਿੱਛੇ ਆ, ਸਾਰਿਆਂ ਦਾ ਦਿਲੋਂ ਸ਼ੁਕਰੀਆ ਜੀ, ਥੈਂਕਸ। ਸੋ ਗਾਣਾ ਹੁਣ ਤੁਸੀਂ ਕਿਹੜਾ ਸੁਣੋਗੇ ਫਿਰ? ਮੈਂ ਓਕੇ ਆਪਣੇ ਹਿਸਾਬ ਨਾਲ ਸੁਣਾਉਣਾ ਜੀ। ਹੁਣੀ ਤੂੰ 10 ਵਜੇ ਤੱਕ ਨਾ ਰਜਾਈ ਛੱਡਦੀ ਨੀ ਮੇਰੀ ਬੇਬੇ, 4 ਵਜੇ ਉੱਠ ਧਾਰਾਂ ਕੱਢਦੀ, ਹੁਜਰ ਚੁੱਲ੍ਹੇ ਅੱਗੇ ਬੈਠ ਪਈਆਂ ਰੋਟੀਆਂ ਪਕਾਉਣੀਆਂ, ਤੇ ਕਹੇਂਗੀ ਕਿ ਜ਼ਿੰਦਗੀ ਚੋਂ ਰਸ ਗਈ, ਵੇ ਮੈਂ ਪੜ੍ਹਦੀ ਹੁੰਦੀ ਸੀ ਲਾਓ ਕਰਦੀ ਹੁੰਦੀ ਸੀ ਕਿੱਥੇ ਤੇਰੇ ਝੂਠੇ ਲਾਰਿਆਂ 'ਚ ਫਸ ਗਈ, ਵੇ ਮੈਂ ਪੜ੍ਹਦੀ ਹੁੰਦੀ ਸੀ ਲਾਓ ਕਰਦੀ ਹੁੰਦੀ ਸੀ ਕਿੱਥੇ ਤੇਰੇ ਝੂਠੇ ਲਾਰਿਆਂ 'ਚ ਫਸ ਗਈ। ਕਿਆ ਬਾਤ ਹੈ, ਬੜੀ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ, ਅਤੇ ਹੋਪਫੁਲੀ ਕੱਲ੍ਹ ਸ਼ਾਮ ਨੂੰ ਆਪਾਂ ਸਾਰੇ ਮਿਲਾਂਗੇ ਜੀ, ਮੈਂ ਜ਼ਰੂਰ ਆਊਂਗਾ ਜੀ, ਔਰ ਪਰਮਾਤਮਾ ਕਰੇ ਤੁਹਾਡਾ ਸ਼ੋਅ ਬਹੁਤ ਜ਼ਿਆਦਾ ਸਕਸੈਸਫੁਲ ਰਹੇ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਜੀ, ਥੈਂਕ ਯੂ।